ਸਾਲਾਂ ਨਹੀਂ ਲੱਗ ਰਿਹਾ ਮੈਨੂੰ ਬਈ ਹਲਕੀਆਂ ਕਾਲੀਆਂ ਮਿਰਚਾਂ ਪਾਈਆਂ ਜਦੋਂ ਤੇ ਬੜਾ ਪਿਆਰਾ ਜਿਹਾ ਜ਼ਾਇਕਾ। ਸਾਡੇ ਜਿਹੜੇ ਵੱਡੇ ਬਜ਼ੁਰਗ ਨੇ ਨਾ ਉਹਨਾਂ ਦੀ ਇਹ ਫੇਵਰੇਟ ਡਿਸ਼ ਹੁੰਦੀ ਸੀ ਆਲੂ ਗੋਸ਼ਤ। ਤੁਸੀਂ ਯਾਰ ਕੀ ਇੰਜੋਏ ਕਰਦੇ ਨੇ ਸਾਡੇ ਸਾਹਮਣੇ ਅੱਜ ਹੀ ਆਇਆ ਯਾਰ ਤੁਹਾਡੀ ਤਾਂ ਡਿਸ਼ ਹੈਗੀ ਹੈ ਜਿਹੜੀ ਤੁਸੀਂ ਇਸਤੇਮਾਲ ਕਰਦੇ ਹੋ ਖਾਂਦੇ ਹੋ ਤੇ ਕੈਸੇ ਖੂਬਸੂਰਤ ਚੀਜ਼ ਬਣਦੀ। ਸਾਨੂੰ ਪੱਕਿਆ ਹੋਵੇ ਇਹੋ ਜਿਹਾ ਅਸੀਂ ਰੋਟੀ ਨਾਨ ਵਗੈਰਾ ਇਸਤੇਮਾਲ ਕਰਦੇ ਇਹ ਤਾਂ ਮਜ਼ਾ ਰੁੱਖ ਹੀ ਨਾ ਮਜ਼ੇਦਾਰ ਆਇਆ ਜਿਵੇਂ ਕਹਿ ਦਿਓ ਅਸੀਂ ਸੂਪ ਪੀ ਰਹੇ ਹਾਂ। ਹੋਰ ਬਹੁਤ ਸਾਰਾ ਫਾਇਦੇ ਵਾਲਾ ਸਾਲਨ ਹੈਗਾ ਵੇ, ਬਹੁਤ ਸਾਰੇ ਫਾਇਦੇ ਵਾਲੀਆਂ ਚੀਜ਼ਾਂ ਨੇ ਇਹਦੇ ਵਿੱਚ। ਪਹਿਲਾਂ ਤਾਂ ਮੈਂ ਡਰ ਗਿਆ ਸੀ ਯਾਰ ਗੋਸ਼ਤ ਖਾਵਾਂਗਾ ਕਿਵੇਂ, ਗੋਸ਼ਤ ਦੰਦ ਦੇ ਥੱਲੇ ਆਉਂਦਾ ਤੇ ਐਵੇਂ ਘੜੀ ਚ ਘੜੀ ਚ ਹੋਈ ਜਾ ਰਿਹਾ ਆਪੇ। ਤੇ ਯਾਰ ਮੈਂ ਵੇਖਿਆ ਕਿ ਫਰਾਂਸ ਦਾ ਸਾਡਾ ਖਾਣ ਤਕਰੀਬਨ ਰਲਦਾ ਮਿਲਦਾ ਹੀ ਹੈ, ਫਰਾਂਸ ਦੇ ਵੀ ਇਹੋ ਜਿਹੇ ਖਾਂਦੇ ਨੇ, ਅਸੀਂ ਵੀ ਇਹੋ ਜਿਹੇ ਖਾਂਦੇ ਨੇ, ਹਰ ਇੱਕ ਪਕਾਉਣ ਥੋੜ੍ਹਾ ਫਰਕ ਹੋ ਜਾਂਦਾ ਜਾਂ ਨਾਮ ਹੀ ਬਹੁਤ ਫਰਕ ਹੋ ਜਾਂਦਾ। ਬਾਕੀ ਮੈਂ ਉਹ ਵੀ ਸਾਡੇ ਤਰ੍ਹਾਂ ਹੀ ਇਸਤੇਮਾਲ ਕਰ ਦਿੰਦੇ ਗੋਸ਼ਤ ਵੀ ਸਬਜ਼ੀਆਂ ਵੀ। ਲਓ ਜੀ ਬੜਾ ਜ਼ਬਰਦਸਤ ਗਲਿਆ ਅਜੇ ਤੇ ਖੂਬ ਮਜ਼ੇਦਾਰ ਪੱਕਿਆ ਹੈ ਤੇ ਫਰਾਂਸ ਦੇ ਲੋਕ ਤੇ ਯਕੀਨ ਕਰੋ ਜੇ ਅਗਰ ਇਹੋ ਜਿਹਾ ਖਾਣਾ ਖਾਂਦੇ ਨੇ ਤੇ ਬੜੇ ਖੁਸ਼ਕਿਸਮਤ ਲੋਕ ਨੇ ਉਹ। ਤੁਸੀਂ ਵੈਸੇ ਤਾਕਤ ਹਾਸਲ ਕਰਨੀ ਹੋਵੇ ਨਾ ਤੇ ਟੀਕੇ ਗੋਲੀਆਂ ਛੋਲੀਆਂ ਡ੍ਰਿਪਾਂ ਮਤ ਲਵਾਓ, ਅੱਛੀ ਖੁਰਾਕ ਖਾਓ, ਇਹੋ ਜਿਹੇ ਖਾਣੇ ਖਾਓ ਜਿਨ੍ਹਾਂ ਨਾਲ ਤੁਹਾਡੇ ਵਜੂਦ ਵਿੱਚ ਤਾਕਤ ਆਵੇ। ਇਹਦੇ ਨਾਲ ਅਗਰ ਖਮੀਰੀ ਰੋਟੀ ਜਾਂ ਚਾਵਲ ਹੁੰਦੇ ਨਾ ਕਿਆ ਮਜ਼ਾ ਆਉਣਾ ਸੀ ਖਾਣ ਦਾ ਯਾਰ। ਇਹ ਤਾਂ ਭਾਵੇਂ ਐਡਾ ਵੱਡਾ ਡੋਂਗਾ ਭਰਿਆ ਹੁੰਦਾ ਨਾ ਬੰਦੇ ਨੇ ਸਾਰਾ ਮੰਗਾ ਲੈਣਾ ਸੀ, ਰੋਟੀਆਂ ਦੋ ਖਾਣੀਆਂ ਸੀ। ਇਸ ਤਰ੍ਹਾਂ ਦਾ ਖਾਣਾ ਖਾ ਕੇ ਨਾ ਬੰਦੇ ਨੂੰ ਨੀਂਦਰ ਬੜੀ ਪਿਆਰੀ ਆਉਂਦੀ। ਚੀਜ਼ ਦੀ ਖੁਸ਼ਬੂ ਆ ਰਹੀ, ਇਹ ਕੀ ਆ ਗਿਆ ਜੀ ਇਹਦੇ ਚੁੱਤੇ, ਇਹ ਲੱਗਦਾ ਜਿਸ ਤਰ੍ਹਾਂ ਦੇਸੀ ਘਿਓ ਨੁਚੜਦਾ ਹੈ ਪਿਆ। ਇਹ ਦੇਖੋ ਫੁੱਲ ਜਿਹੜਾ ਵੇ ਹੈ ਤਰੀ ਦੇ ਨਾਲ ਭਰਿਆ ਅਜੇ। ਤੇ ਦੇਖੋ ਜੀ ਉਹ ਲੋਕ ਚੀਜ਼ ਬੜੀ ਇਸਤੇਮਾਲ ਕਰਦੇ ਹਨ, ਪੀਜ਼ੀਆਂ 'ਚ ਵੇਖ ਲਓ, ਬਰਗਰਾਂ 'ਚ ਵੇਖ ਲਓ, ਹਰ ਚੀਜ਼ ਉਹ ਚੀਜ਼ ਇਸਤੇਮਾਲ ਕਰਦੇ ਨੇ। ਨਮਕੀਨ ਦੀ ਲਿਸਟ ਚ ਸਮਝ ਲੋ ਟੇਸਟ ਇਸ ਤਰ੍ਹਾਂ ਦਾ ਜਿਵੇਂ ਦੇਸੀ ਘਿਓ ਦਾ ਨੀ ਲਜ਼ਤ ਆ ਜਾਂਦੀ, ਬੰਦੇ ਮੂੰਹ ਚ ਰਸ ਹੀ ਆਈ ਜਾ ਰਿਹਾ। ਜਿਸ ਤਰ੍ਹਾਂ ਕਰੀਮ ਜਾਂ ਮੱਖਣ ਵਿੱਚ ਪਾਇਆ ਹੁੰਦਾ ਇਹਦਾ ਵੀ ਜ਼ਾਇਕਾ ਮਾਸ਼ਾਅੱਲਾ ਬੜਾ ਮਜ਼ੇਦਾਰ ਸਾਰੇ ਖਾਵੇ, ਦੇਸੀ ਖੁਸ਼ਬੂਆਂ ਦੇਸੀ ਚੀਜ਼ਾਂ ਬਣੀਆਂ ਹੋਈਆਂ ਨੇ।
ਇਹਦੇ ਵਿੱਚ ਵੀ ਗੋਸ਼ਤ ਪਾਇਆ ਗਿਆ ਜੇ ਪਰ ਗੋਸ਼ਤ ਸਫੈਦ ਹੋ ਗਿਆ, ਇਹਦੇ ਵਿੱਚ ਇੰਨੀਆਂ ਕੁ ਚੀਜ਼ਾਂ ਪਾਈਆਂ ਗਈਆਂ, ਮੈਨੂੰ ਤੇ ਲੱਗਦਾ ਜੀ ਇਹ ਕਰੀਮ ਵਿੱਚ ਬਣਿਆ ਹੈ। ਆਲੂ ਨੂੰ ਵੀ ਭਾਂਜੀਆਂ ਚ ਕਰ ਦਿੰਦੇ ਜਿਵੇਂ ਛੋਟੇ ਗੋਸ਼ਤ ਦਾ ਮਜ਼ਾ ਆ ਰਿਹਾ, ਇੰਜ ਆਲੂ ਦਾ ਸਵਾਦ ਆਉਣਾ ਸ਼ੁਰੂ ਹੋ ਜਾਂਦਾ। ਅੱਛਾ ਅਲੱਗ ਸਲਾਈ ਜੇ ਵਾਈਟ ਕੜਾਈ ਅਸੀਂ ਪਕਾਉਂਦੇ ਹਾਂ, ਵੇਖਿਆ ਵਿੱਚ ਚਿਕਨ ਵੀ ਹੈਗਾ, ਚਿਕਨ ਦਾ ਜ਼ਿਕਰ ਵੀ ਹੈ। ਡੋਲ ਜੀ ਦੇਖੋ ਗੋਲ ਗੋਲ ਆਲੂ ਕੱਟੇ, ਜੇ ਯਕੀਨ ਕਰੋ ਕਿ ਇਹਨਾਂ ਨੂੰ ਤੁਸੀਂ ਵੈਸੇ ਫਰਾਈ ਕਰਕੇ ਤੇ ਉੱਤੇ ਚੀਜ਼ ਲਾ ਦਿਓ ਤੇ ਪੂਰਾ ਪਿਦਾ ਹੀ ਬਣ ਜਾਵੇ ਹੈ। ਸਾਡੇ ਹੀ ਆਲੂ ਨੇ ਪਕੌੜਿਆਂ 'ਚ ਇਸਤੇਮਾਲ ਕਰਦੇ ਹਾਂ, ਹੋਰ ਚੀਜ਼ ਕਿ ਇਹੋ ਜਿਹੀ ਚੀਜ਼ਾਂ ਬਣਾਉਣ ਕਿਆ ਮਜ਼ੇਦਾਰ ਬਣਨ। ਬੇਕਨ ਦਾ ਉਹੀ ਲੱਗ ਰਿਹਾ ਸਾਨੂੰ, ਦੇਸੀ ਸਬਜ਼ੀਆਂ ਸਾਡੀਆਂ, ਬੈਂਗਣ, ਸ਼ਿਮਲਾ ਮਿਰਚ, ਟਮਾਟਰ। ਮੈਨੂੰ ਤੇ ਇਹ ਲੱਗਦਾ ਜਿਸ ਤਰ੍ਹਾਂ ਇਹ ਤੇ ਬਤਾਉਂਾਂ ਦਾ ਮਕਬਰਾ ਬਣਿਆ। ਕਿਆ ਬਾਤ ਹੈ। ਅੱਛਾ ਬੈਂਗਣ ਵੀ ਇੱਕ ਐਸੀ ਸਬਜ਼ੀ ਹੈਗੀ ਹੈ ਬੜੀ, ਇਹ ਵੀ ਬੜੇ ਬੜੇ ਜਨਾਬ ਪਕੌੜਿਆਂ 'ਚ ਇਸਤੇਮਾਲ ਹੁੰਦਾ, ਸਬਜ਼ੀਆਂ 'ਚ, ਚਟਨੀਆਂ 'ਚ। ਇੰਝ ਲੱਗ ਰਿਹਾ ਜਿਵੇਂ ਕੋਈ ਤੰਦੂਰ 'ਚ ਨਹੀਂ ਪਕਾ ਕੇ ਰੱਖ ਦਿੱਤੀਆਂ ਵਿੱਚ, ਕਲਰ ਹੀ ਉਹਦਾ ਹੀ ਦੱਸ ਰਿਹਾ। ਤਾਕਤ ਦੇ ਲਿਹਾਜ਼ ਨਾਲ ਅਤੇ ਸਿਹਤ ਦੇ ਲਿਹਾਜ਼ ਨਾਲ ਬਹੁਤ ਬਿਹਤਰੀਨ ਹੈਗੀ ਹੈ। ਸਾਡੇ ਇਸ ਬਲਥਾ ਬਣਾਉਂਦੇ ਹਨ ਬੈਂਗਣਾਂ ਦਾ, ਸੁਣਿਆ ਇਹ ਵੀ ਬੜਾ ਗਰਮ ਹੁੰਦਾ। ਕਿਆ ਬਾਤ ਹੈ ਜੀ, ਖੂਬ ਜ਼ਬਰਦਸਤ ਚੀਜ਼ ਹੈ। ਲੱਗ ਰਿਹਾ ਮੈਨੂੰ ਕਿ ਜਿਵੇਂ ਇਹਨੂੰ ਰੱਖ ਕੇ ਨਾ ਪਕਾ ਕੇ ਮਸਾਲੇ ਬਣਾ ਕੇ ਲਾ ਕੇ ਨਾ ਤੰਦੂਰ 'ਚ ਪਕਾਇਆ ਗਿਆ। ਇਹ ਡਿਸ਼ ਭਾਜੀ ਸਾਡੇ ਬੱਚੇ ਤਾਂ ਨਹੀਂ ਖਾਣਗੇ ਜੋ ਜਾਏ ਦੱਸ ਸਕਿਆ ਗਿਆ, ਕਿਉਂਕਿ ਬੈਂਗਣ ਦਾ ਔਰ ਕੱਦੂ ਦਾ ਸ਼ਿਮਲਾ ਮਿਰਚ ਦਾ ਅਜੀਬ ਹੀ ਜੋੜ ਤੋੜ ਇਹਨਾਂ ਨੇ ਬਣਾਇਆ। ਕਿਆ ਬਾਤ ਹੈ ਜੀ, ਅੱਜ ਲੱਗਦਾ ਜਿਸ ਤਰ੍ਹਾਂ ਕੋਲਿਆਂ 'ਤੇ ਸਬਜ਼ੀ ਪਕਾਈ ਹੈ। ਲਓ ਜੀ ਇਹ ਜਿਹੜੀ ਸਬਜ਼ੀਆਂ ਦੀ ਡਿਸ਼ ਹੈ ਨਾ, ਬਾਕੀ ਇਹਦਾ ਬਹੁਤ ਮਜ਼ੇਦਾਰ ਕੰਮ ਹੈ। ਮੈਂ ਤਾਂ ਪਹਿਲਾਂ ਪਰੇਸ਼ਾਨ ਹੋਇਆ, ਟੇਸਟ ਐਸਾ ਬਣਿਆ ਜੇ ਸਾਰਿਆਂ ਦਾ ਰਸ ਮੂੰਹ ਦੇ ਵਿੱਚ ਆਉਂਦਾ ਨਾ ਨੁਚੜ ਕੇ। ਅੱਛਾ ਜਦੋਂ ਇਹ ਕਹਿੰਦਾ ਸਬਜ਼ੀ ਦੇ ਪੇਜ ਫਿੱਕੇ ਫਿਰ ਜੇ ਵਿੱਚ ਮਸਾਲਾ ਪਿਆ, ਗਰੇਵੀ ਪਈ, ਇਹ ਥੋੜ੍ਹੀ ਨਮਕੀਨ ਟੈਪ, ਜਿਵੇਂ ਅਸੀਂ ਕੈਚਪ ਨਹੀਂ ਪਾਉਂਦੇ। ਅਸੀਂ ਕਦੀ ਕਦਾਰ ਕੋਲਿਆਂ 'ਤੇ ਆਲੂ ਭੁੰਨਣੇ ਹੁੰਦੇ ਸਨ, ਪਰ ਅੱਜ ਇਹ ਚੀਜ਼ਾਂ ਜਿਹੜੀਆਂ ਦੇਖ ਕੇ ਕਿ ਕੋਲੇ ਦੇ ਉੱਤੇ ਤਿਆਰ ਹੋ ਗਈਆਂ, ਬੜੀ ਗੱਲ ਹੈਗੀ ਹੈ ਜੀ। ਬੜਾ ਮਿੱਠਾ ਮਿੱਠਾ ਦੇਖਾ ਤੇ ਬਿਹਤਰੀਨ ਹੈਗਾ। ਬਤਾਉ ਚ ਬਾਨਾ ਤੇ ਬਤਾਉ ਦਾ ਦੈਕਾ ਆਉਂਦਾ, ਸ਼ਿਮਲਾ ਮਿਰਚ ਚ ਬਾਨਾ ਤੇ ਸ਼ਿਮਲਾ ਮਿਰਚ ਦਾ ਦੈਕਾ ਆਉਂਦਾ, ਜਦੋਂ ਇਹਨਾਂ ਦੈਕਾ ਜਿਹੜਾ ਇਹਨਾਂ ਦਾ ਖਤਮ ਹੁੰਦਾ ਤੇ ਫਿਰ ਇਹ ਜਿਹੜਾ ਮਸਾਲਾ ਲੱਗਿਆ ਇਹਦਾ ਦੈਕਾ ਆਉਂਦਾ। ਅਗਰ ਮੈਂ ਤੁਹਾਨੂੰ ਦੱਸਿਆ ਨਾ, ਸਬਜ਼ੀਆਂ ਦਾ ਤੁਸੀਂ ਬਰਗਰ ਵੀ ਖਾ ਸਕਦੇ ਬਣਾ ਕੇ, ਇਹ ਜਿਹੜੀ ਥੱਲੇ ਮਸਾਲਾ ਰੱਖਿਆ ਤੁਸੀਂ ਬੰਨ ਥੱਲੇ ਲਾਓ, ਉੱਤੇ ਸਾਰੇ ਪੀਸ ਰੱਖ ਕੇ ਉੱਤੇ ਫਿਰ ਇਹ ਮਸਾਲਾ ਲਾ ਕੇ ਤੇ ਇਹਦਾ ਮਜ਼ਾ ਜ਼ਰੂਰ ਲੈ ਕੇ ਵੇਖਿਓ। ਅੱਛਾ ਵੇਖੋ, ਇਹ ਤਿੰਨ ਚਾਰ ਮੈਂ ਇਕੱਠੀ ਸੀਖ ਬਣਾ ਦਿੱਤੀ ਹੈ, ਜਿਵੇਂ ਸਾਡੇ ਕਬਾਬ ਬਣਦੇ ਨੇ, ਇਹਨਾਂ ਨੇ ਸਬਜ਼ੀ ਦੀ ਕਬਾਬ ਬਣਾ ਦਿੱਤਾ, ਡਿਸ਼ ਬਣਾ ਦਿੱਤੀ ਨੇ, ਉਹ ਕਮ ਸੇ ਕਮ ਚਾਰ ਸਬਜ਼ੀਆਂ ਦੇ ਵਿੱਚ ਪਾਈਆਂ ਨੇ ਅਤੇ ਹਰ ਸਬਜ਼ੀ ਤਾਕਤਵਰ। ਤੁਹਾਡੇ ਦਿਲ ਨੂੰ ਮਜ਼ਬੂਤ ਰੱਖਦੇ, ਦਿਲ ਦੇ ਪੱਠੇ ਮਜ਼ਬੂਤ ਰੱਖਦੇ, ਬਤਾਓ ਵਿੱਚ ਇੰਨੇ ਕੁ ਫਾਇਦੇ ਹੈਗੇ ਨੇ। ਅਤੇ ਤੁਸੀਂ ਜ਼ਿਆਦਾ ਹੁਣ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਬੈਲ ਆਈਕਨ ਦਬਾਇਆ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ। ਆਪਣੀ ਸਿਹਤ ਦਾ ਖਿਆਲ ਰੱਖਣਾ, ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਸਿਹਤ ਦੇਵੇ, ਤੰਦਰੁਸਤੀ ਦੇਵੇ। ਅਤੇ ਮੈਨੂੰ ਤੁਸੀਂ ਇਜਾਜ਼ਤ ਦਿਓ, ਮੈਂ ਤੁਹਾਡੇ ਨਾਲ ਫਿਰ ਮੁਲਾਕਾਤ ਕਰਾਂਗਾ। ਅੱਲਾਹ ਹਾਫਿਜ਼।